ਪਰਵਿੰਦਰ ਕੌਰ ਗਵਰਨਮੈਂਟ ਹਾਈ ਸਕੂਲ ਬੁਰਜ਼ਰਾਇਕੇ। ਇਹ ਸਰ ਸਾਡੀ ਕੋਈ ਨੌਲੇਜ ਨਹੀਂ, ਕੱਲ੍ਹ ਮੋਰਨਿੰਗ ਤੱਕ, ਕੱਲ੍ਹ 2 ਵਜੇ ਤੱਕ ਕੁਛ ਨਹੀਂ ਸੀ ਹੈਗਾ, ਅਸੀਂ 1:15 ਗਏ ਹਾਂ, ਉਸ ਤੋਂ ਬਾਅਦ ਸਾਨੂੰ ਪਤਾ ਨਹੀਂ। ਮੈਂ ਹੁਣ ਇਸ ਟਾਈਮ 11:25 ਤੇ ਮੈਂ ਤਰਨ ਤਾਰਨ ਤੋਂ DO ਆਫਿਸ ਤੋਂ ਮੀਟਿੰਗ ਤੋਂ ਵਾਪਸ ਆ ਰਹੀ ਹਾਂ, ਅਤੇ ਹੁਣ ਮੈਂ ਤੁਹਾਨੂੰ ਆਉਂਦੇ ਵੇਖ ਕੇ ਬਾਹਰ ਮੈਂ ਗੱਡੀ ਰੋਕ ਕੇ ਪੁੱਛਿਆ ਵੀ ਸਰ ਕੀ ਗੱਲ ਆ, ਮਤਲਬ ਕੀ ਹੋ ਇੱਥੇ ਕੀ ਆ, ਇੰਨੀ ਮਤਲਬ ਮੈਂ ਤੁਹਾਨੂੰ ਦੱਸ ਸਕਦੀ। ਹੋਰ ਸਰ ਮੈਂ ਤੁਹਾਡੇ ਸਾਹਮਣੇ ਐਂਟਰ ਕਰ ਰਹੀ, ਤੁਹਾਡੇ ਆਉਣ ਤੋਂ ਬਾਅਦ ਵੀ ਸਕੂਲ 'ਚ ਐਂਟਰ ਕਰ ਰਹੀ ਹਾਂ, ਅਤੇ ਮੈਂ ਹੁਣ ਹੀ ਸ਼ਿਕਾਇਤ ਕਰਾਂਗੇ ਜੇ ਤੁਹਾਨੂੰ ਮਤਲਬ ਗਲਤ ਮਲਤ ਕੁਛ ਬਾਹਰ ਅਸੀਂ, ਹਾਂਜੀ ਅਸੀਂ ਇੱਥੇ ਮਤਲਬ ਉਹਨਾਂ ਨੂੰ ਬੁਲਾ ਕੇ ਤੁਹਾਡੇ ਨਾਲ ਤੁਹਾਡੇ ਰੂਬਰੂ ਕਰਾਉਂਦੇ ਹਾਂ, ਜਿਹੜੀ ਗੱਲ ਸਾਡੇ ਮਤਲਬ ਹੁਣ ਇਹ ਬਿਲਕੁਲ ਗਲਤ ਹੈ ਜੀ, 100% ਗਲਤ ਹੈ। ਸਾਡੇ ਕੰਧਾਂ 'ਤੇ ਕੁਛ ਵੀ ਐਰਗਰ ਲਿਖਣਾ ਬਿਲਕੁਲ ਕੋਈ ਮਤਲਬ ਜਾਇਜ਼ ਹੈ ਹੀ ਨਹੀਂ ਆ, ਨਾ ਹੀ ਅਸੀਂ ਲਿਖਣ ਦਿੰਦੇ ਹਾਂ। ਜੇ ਕੋਈ ਵੈਸੇ ਪੋਸਟਰ ਕੋਈ ਕਾਗਜ਼ ਸਿੰਪਲ ਪੋਸਟਰ ਵੀ ਲਾ ਕੇ ਅਸੀਂ ਲਵਾ ਦਿੰਦੇ ਉਸੇ ਵੇਲੇ, ਕੋਈ ਸਿੰਪਲ ਵੀ ਲਾ ਜਾਵੇ ਤਾਂ, ਪਰ ਬੱਚਿਆਂ ਦੇ ਮਾੜਾ ਅਸਰ। ਪਰ ਵੇਖੋ ਹੁਣ ਤੁਸੀਂ, ਤੁਹਾਡੇ ਸਾਹਮਣੇ ਵੀ ਸਾਨੂੰ ਕੋਈ ਨੌਲੇਜ ਹੀ ਨਹੀਂ ਹੈਗੀ, ਅਸੀਂ ਆ ਕੇ ਹੁਣ ਵੇਖਿਆ, ਹੁਣ ਵੀ ਸ਼ਿਕਾਇਤ ਜ਼ਰੂਰ ਕਰਾਂਗੇ। ਸਾਡਾ ਇਸ ਗੱਲ ਨਾਲ ਮਤਲਬ ਕੋਈ ਲੈਣ ਦੇਣ ਨਹੀਂ, ਕੋਈ ਸੰਬੰਧ ਨਹੀਂ, ਅਸੀਂ ਇਹਦੀ ਸ਼ਿਕਾਇਤ ਜ਼ਰੂਰ ਕਰਾਂਗੇ, ਹਾਈ ਲੈਵਲ ਤੱਕ ਕਰਾਂਗੇ। ਮੈਂ ਇਹਦੇ ਨੋਟ 'ਚ ਆਈ ਗੱਲ, ਤਾਂ ਮੈਂ ਉੱਥੇ SHO ਨੂੰ ਮਾਪਾ ਦੇਖਣ ਲਈ ਭੇਜਿਆ, ਠੀਕ ਹੈ, ਜਿਹਨਾਂ ਲੋਕਾਂ ਨੇ ਕਾਰਵਾਈ ਕੀਤੀ ਹੈ ਅਗਰ ਉਹਨਾਂ ਅਗੇਂਸਟ ਕੋਈ ਲੀਗਲ ਐਕਸ਼ਨ ਬਣਦਾ ਉਹ ਜ਼ਰੂਰ ਕੀਤਾ ਜਾਏਗਾ। ਬਣਦਾ ਸੀ ਬਟ ਉਹ ਨਹੀਂ ਕਰਦੇ ਲੋਕ, ਅਗਲੇ ਕਹਿੰਦੇ ਅਸੀਂ ਕਿਉਂ ਦੁਸ਼ਮਣੀ ਪਾਈ ਇੱਕ ਦੂਜੇ ਦੇ ਨਾਲ, ਠੀਕ ਹੈ, ਬਟ ਮੈਂ ਉੱਥੇ SHO ਨੂੰ ਭੇਜਿਆ, ਜੋ ਲੀਗਲ ਐਕਸ਼ਨ ਹੋਇਆ ਉਹ ਹੋ ਜਾਏਗਾ। ਸਰ ਇਹ ਹਟਾਏ ਜਾਣਗੇ ਜੀ ਸਾਰੇ, ਉਹ ਹੁਣ ਦੇਖਦੇ ਹਨ ਕਰਕੇ ਸਾਰਾ ਵੀ ਹੈ ਕੀ ਹੈ।